ਵੀਰ ਖਾਲਸਾ ਗੱਤਕਾ ਗਰੁੱਪ ਤਰਨ ਤਾਰਨ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਰਾਂ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ 60 ਦੇ ਕਰੀਬ ਆਲ ਇੰਡੀਆ ਗੱਤਕਾ ਗਰੁੱਪ ਅਤੇ ਗੱਤਕਾ ਅਖਾੜਿਆਂ ਨੇ ਸ਼ਮੂਲੀਅਤ ਕੀਤੀ, ਜਿਸ ਵਿੱਚ ਆਏ ਗਰੁੱਪਾਂ ਦੇ ਨੁਮਾਇੰਦਿਆਂ ਦੇ ਵਿਚਾਰ ਸੁਣੇ ਗਏ ਅਤੇ ਗੱਤਕਾ ਦਿਖਾਉਂਦੇ ਜਾਂ ਸਟੰਟ ਕਰਨ ਬਾਰੇ ਫੈਸਲਾ ਲਿਆ ਗਿਆ। ਇਸ ਮੌਕੇ ਤੇ ਸਿੱਖ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਗਠਨ ਕੀਤਾ ਗਿਆ, ਜਿਸ ਵਿੱਚ ਡਾਕਟਰ ਮਨਮੋਹਨ ਸਿੰਘ ਭੱਗੋਵਾਲੀਆ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਫੈਡਰੇਸ਼ਨ ਦਾ ਮੁੱਖ ਮਤਵ ਗੱਤਕੇ ਵਿੱਚ ਆਏ ਨਿਗਾਰ ਨੂੰ ਦੂਰ ਕਰਨ ਲਈ ਪ੍ਰਸਤਾਵ ਮਤਾ ਪਾਸ ਕੀਤਾ ਗਿਆ ਅਤੇ ਪ੍ਰਣ ਕੀਤਾ ਗਿਆ ਕਿ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇਗੀ ਅਤੇ ਅਕਾਲ ਤਖਤ ਸਾਹਿਬ ਤੋਂ ਹਰ ਆਦੇਸ਼ ਦੀ ਪਾਲਣਾ ਕਰੇਗੀ ਅਤੇ ਅਨਸਿੱਖਿਆ ਗੱਤਕਾ ਗਰੁੱਪ ਜੋ ਖਤਰਨਾਕ ਸਟੰਟ ਕਰਦੀਆਂ ਹਨ ਉਹਨਾਂ ਨੂੰ ਰੋਕਿਆ ਜਾਵੇਗਾ। ਜੋ ਕਿ ਪਿਛਲੇ ਸਮੇਂ ਦੌਰਾਨ ਤੁਸੀਂ ਆਪ ਦੇਖ ਹੀ ਰਹੇ ਹੋ ਕਿ ਅਣਜਾਣ ਜਿਹੜੇ ਲੋਕ ਆ ਉਹ ਮਤਲਬ ਜਿਹੜੇ ਸਟੰਟ ਕਰਦੇ ਆ ਜੋ ਗੱਤਕੇ ਦੇ ਵਿੱਚ ਜਿਵੇਂ ਕਿ ਤੇਲ ਲਾ ਕੇ ਤੇਲ ਪਾ ਕੇ ਜੋ ਮਤਲਬ ਚੱਲ ਰਿਹਾ ਸੀ ਇੱਕ ਐਕਸੀਡੈਂਟ ਜਿਵੇਂ ਹੋ ਗਿਆ ਜਾਂ ਕਿਸੇ ਨੇ ਥੌੜਾ ਮਾਰਤਾ ਕਿਉਂਕਿ ਉਹ ਸਾਰੀਆਂ ਗੱਲਾਂ ਜੀ ਵੀਰ ਖਾਲਸਾ ਗਰੁੱਪ ਦੇ ਉੱਪਰ ਹੀ ਆਉਂਦੀਆਂ ਸੀ ਕਿ ਵੀਰ ਖਾਲਸਾ ਗਰੁੱਪ ਸਟੰਟ ਕੀਤਾ ਕਰਦੇ ਆ ਅਤੇ ਇਹ ਮਤਲਬ ਇਸ ਗੱਲ ਦੇ ਜ਼ਿੰਮੇਵਾਰ ਆ ਅਤੇ ਇਹਨਾਂ ਨੇ ਮਤਲਬ ਹੁਣ ਅਸੀਂ ਇਹਦੇ ਸੰਬੰਧ ਦੇ ਵਿੱਚ ਅਸੀਂ ਆਪਣੀ ਸਾਰੀਆਂ ਜਿਹੜੀਆਂ ਸਟੰਟ ਕਰਦੀਆਂ ਸੀ ਨਾਲ ਸ਼ਸਤਰ ਵਿੱਦਿਆ ਨੂੰ ਪ੍ਰਮੋਟ ਕਰਦੀਆਂ ਸੀ ਉਹ ਸਾਰੀਆਂ ਟੀਮਾਂ ਨੂੰ ਉੱਥੇ ਅਸੀਂ ਸੱਦਿਆ ਜੀ ਉਹਨਾਂ ਸਾਰੀਆਂ ਮੀਟਿੰਗਾਂ ਉਹਨਾਂ ਦੇ ਨਾਲ ਸਾਡੀ ਇਹ ਮਤਲਬ ਗੱਲ ਹੋਈ ਹੈ ਵੀ ਕੋਈ ਵੀ ਬੰਦਾ ਜਿਹੜਾ ਕੋਈ ਵੀ ਟੀਮ ਹੈ ਉਹ ਬਿਨਾਂ ਟ੍ਰੇਨਿੰਗ ਮਤਲਬ ਇਹ ਨਾ ਕਰੇ। ਅੱਜ ਇੰਡੀਆ ਲੈਵਲ ਦੀ ਕੌਮੀ ਲੈਵਲ ਦੀ ਇੱਕ ਫੈਡਰੇਸ਼ਨ ਬਣਾਈ ਹੈ ਜਿਸ ਦਾ ਨਾਂ ਸਾਰਿਆਂ ਦੀ ਸਹਿਮਤੀ ਦੇ ਨਾਲ ਸਿੱਖ ਗੱਤਕਾ ਫੈਡਰੇਸ਼ਨ ਆਫ ਇੰਡੀਆ ਰੱਖਿਆ ਗਿਆ। ਵੇਖਣ ਵਿੱਚ ਆਇਆ ਕਿ ਪਿਛਲੇ ਸਮੇਂ ਦੌਰਾਨ ਗੱਤਕਾ ਖੇਡਦਿਆਂ ਉਸ ਵਿੱਚ ਕਈ ਜੰਗਜੂ ਕਰਤੱਵ ਕਰਦਿਆਂ ਕਈ ਖਤਰਨਾਕ ਕਰਤੱਵ ਕਰਦਿਆਂ ਬਹੁਤ ਸਾਰੇ ਖਿਡਾਰੀਆਂ ਨੂੰ ਜਿੱਥੇ ਸੱਟਾਂ ਲੱਗੀਆਂ ਨੇ ਉੱਥੇ ਜਾਨਾਂ ਵੀ ਗਈਆਂ ਨੇ। ਉਸ ਮਸਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਇਹ ਸਾਰੇ ਪੰਜਾਬ ਦੇ ਅਤੇ ਪੰਜਾਬ ਤੋਂ ਬਾਹਰ ਦੇ ਅਖਾੜਿਆਂ ਨੂੰ ਸੱਦਿਆ ਗਿਆ ਹੈ, ਉਹਨਾਂ ਦੀ ਇਕੱਤਰਤਾ ਕੀਤੀ ਹੈ ਕਿ ਇਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਵੇ ਔਰ ਇਹ ਮਸਲਾ ਜਿਹੜਾ ਇਹਨੂੰ ਹੱਲ ਕਿਵੇਂ ਕੀਤਾ ਜਾਵੇ। ਅੱਜ ਸਾਰੇ ਅਖਾੜਿਆਂ ਨੇ ਪ੍ਰਣ ਲਿਆ ਵੀ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਹੋਏਗੀ ਸਾਨੂੰ ਦਿਸ਼ਾ ਨਿਰਦੇਸ਼ ਹੋਣਗੇ ਅਸੀਂ ਉਹ ਸਿਰ ਮੱਥੇ ਮੰਨਾਂਗੇ। ਤਰਨਤਾਰਨ ਤੋਂ ਕੁਲਦੀਪ ਸਿੰਘ, ਜੀਵੇ ਪੰਜਾਬ ਟੀਵੀ।